वाहिगुरु जी का खालसा, वाहिगुरु जी की फतेह। गुरुद्वारा गुरसिंह सभा शिव सागर असाम, इतने जिन्हें भी वीर ने सब ने बड़ा आदर मान सत्कार दिता। खास तौर पर मनिंदर सिंह जी जो मेरे नाल खड़ोते ने, जब असी नॉर्थ ईस्ट वीच एंटर किए हैं तद तो मनिंदर सिंह जी साढ़े नाल बने हुए हैं। तो हर स्टेशन पर, हर शहर से जिड़ी भी जिथे भी कितने कोई मदद की लड़ पई है, तो इन्होंने वट चढ़ के सहयोग दिता है। हूँ असी चाले पाने लिए तैयार है नाजरा, तो नाजरा तो उपरांत असी जावे मचूका वल, तो रात सू रुकना पैना पासीघाट। उत्थे पहुँच के एक बार तो फिर रूबरू होंगे, तद तक तुसी वेखते रहो द स्पिरिचुअल जर्नी ऑफ टर्बन ट्रैवलर ऑन PTC नेटवर्क। असी इस वक्त खलोते है नाजरा दे अंदर बालीघाट शिव मंदिर दे विच। बालीघाट शिव मंदिर वो स्थान है जिथे अलूनिया बाबा दी समाध है। अलूनिया बाबा साहब श्री गुरु नानक देव जी दे शिष्य सी, ऐसा इतिहासकार दसदे ने। उन्हां नूं अलूनिया बाबा इस करके आख्या जांदा सी क्योंकि उन्होंने जिंदगी कभी नमक नहीं खाया सी। मेरे पिछे राइट साइड ते तुसी देख सकते हो उन्हां दी समाध है। गुरु नानक देव जी नूं मिलन तो उपरांत इत्थे एक धर्मशाला उन्होंने बनाई जिहदी वह देख रेख करते सीगे। उन्हां दे चलाना करन तो उपरांत वह धर्मशाल खत्म हो गई, तो अज खाली अवशेष रूप है उन्हां दी समाध देखण नूं मिलदी है। ते नाल मेरे लैफ्ट साइड ते ए पुरातन शिव मंदिर देखण नूं मिलदा है। इस पूरे एरिए दे अंदर 5-6 छोटे छोटे गाँव ने, जिदे अंदर गिरगांव वो स्थान है जिहड़ा कि अहोम राजा दी कैपिटल होया करदा सीगा। अहोम राजा गुरु नानक देव जी ते श्रीमंत शंकर देव इस स्थान ते आके मिले सी, जिन्हों गिरगांव कहिंदे ने। उस स्थान ते उन्हां नाल बचन बिलाप होया सी गुरु नानक देव जी दा अहोम राजा नाल। उपरांत वो अगे दी यात्रा ते मचूका वल प्रस्थान कर गए सी। डीखो नदी दे कंधे ते वसिया हुआ स्थान जिथे असीं इस वक्त खलोते हैगे आ, इह उन पुरातन स्थानां विचों है जिहदे बारे च कहा गया कि गुरु नानक देव जी इत्थे आए सी। आओ अंदर चल के तुहानूं होर इतिहास दसने आ ते उस समाध दे वी दर्शन कराने आ जिहड़ी कि ਇੱਥੇ ਲੂਣੀਆਂ ਬਾਬਾ ਦੀ ਬਣੀ ਹੋਈ। ਤੂੰ ਹੀ ਦੁਨੀਆ ਵਾਲੀ ਐ ਖੇਡ ਰਚਾਈ, ਹਰ ਡੁੱਬਦੀ ਵੇੜੀ ਤੂੰ ਪਾਰ ਲੰਘਾਈ, ਪਾਰ ਲੰਘਾਈ। ਸਵਲੀ ਰੱਖ ਮੇਰੇ ਤੇ ਵੀ, ਸਵਲੀ ਰੱਖ ਮੇਰੇ ਤੇ, ਸਵਲੀ ਰੱਖ ਮੇਰੇ ਤੇ ਨਿਗਾਹ ਛੱਡੀ ਨਾ ਕਦੇ। ਮੇਰੇ ਨਾਲ ਇਸ ਵਕਤ ਨੇ ਸਰਦਾਰ ਹਰਪਾਲ ਸਿੰਘ ਜੀ ਜਿਹੜੇ ਕਿ ਇੱਥੇ ਸਥਾਨੀ ਨਿਵਾਸੀ ਨੇ, 70 ਸਾਲ ਦੀ ਇਹਨਾਂ ਦੀ ਆਯੂ ਹੈ ਅਤੇ ਬਚਪਨ ਤੋਂ ਅਸੀਂ ਸ਼ਹਿਰੀ ਜਾਂਦੇ ਆ ਰਹੇ ਨੇ। ਆਓ ਇਹਨਾਂ ਕੋਲ ਪੁੱਛਦੇ ਹਾਂ ਕਿ ਇਹਨਾਂ ਨੂੰ ਇਸ ਸਥਾਨ ਦੇ ਬਾਰੇ 'ਚ ਅਤੇ ਗੁਰੂ ਨਾਨਕ ਦੇਵ ਜੀ ਦੇ ਇੱਥੇ ਆਉਣ ਦੇ ਬਾਰੇ 'ਚ ਕੀ ਪਤਾ। ਹਰਪਾਲ ਸਿੰਘ ਜੀ, ਤੁਸੀਂ ਇਹ ਦੱਸੋਗੇ ਕਿ ਤੁਹਾਨੂੰ ਇਸ ਸਥਾਨ ਦੇ ਬਾਰੇ 'ਚ ਕੀ ਇਤਿਹਾਸ ਪਤਾ ਹੈ ਅਤੇ ਤੁਹਾਡਾ ਮਨ ਕੀ ਕਹਿੰਦਾ ਹੈ ਕਿ ਇੱਥੇ ਗੁਰੂ ਨਾਨਕ ਦੇਵ ਜੀ ਆਏ ਸੀ ਕਿ ਨਹੀਂ ਆਏ ਸੀ, ਕਿਉਂਕਿ ਇੱਥੇ ਕੋਈ ਐਸੇ ਪਰੋਕਸ਼ ਪ੍ਰਮਾਣ ਸਾਨੂੰ ਦੇਖਣ ਨੂੰ ਨਹੀਂ ਮਿਲੇ ਜੀ? ਹਾਂਜੀ, ਇਹ ਤਾਂ ਗੱਲ ਸਹੀ ਹੈ ਕਿ ਠੋਸ ਪ੍ਰਮਾਣ ਤਾਂ ਨਹੀਂ ਮਿਲਿਆ, ਲੇਕਿਨ ਸਾਨੂੰ ਇਹ ਵਿਸ਼ਵਾਸ ਹੈ ਜਿਸ ਨਗਰੀ ਇਹ ਨਾਜ਼ਰਾ ਉਹ ਉਹਨਾਂ ਦੇ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੇ ਉੱਤੇ ਹੀ ਬਣਿਆ ਹੈ, ਨਾਂ ਬਣਿਆ ਹੈ। ਔਰ ਇਹ ਸ਼ਹਿਰ ਵੀ ਪੁਰਾਣਾ, ਵੈਸੇ ਵੀ ਇੱਥੇ ਲੋਕ ਅਸਾਮ ਦੇ ਲੋਕ ਵੀ ਥੋੜ੍ਹੇ ਜਿਹੇ ਕਹਿੰਦੇ ਨੇ, ਹਿਸਟਰੀ ਦੇ ਮੁਤਾਬਿਕ ਤਾਂ ਸਾਨੂੰ ਪਤਾ ਹੈ, ਲੇਕਿਨ ਉਹ ਪੁਰਾਣੀ ਹਿਸਟਰੀ ਅੱਜ ਗਾਇਬ ਹੋ ਗਈ ਆ। ਉਹ ਅਗਰ ਮਿਲ ਜਾਏ ਤਾਂ ਅਸੀਂ ਪ੍ਰੂਫ ਜ਼ਰੂਰ ਕਰ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਨੇ, ਇੱਥੇ ਦਰਸ਼ਨ ਦਿੱਤੇ ਆ, ਇੱਥੇ ਗੁਰੂ ਸ਼ੰਕਰ ਦੇਵ ਜੀ ਦੇ ਨਾਲ ਬੈਠ ਕੇ ਧਰਮ ਪ੍ਰਚਾਰ ਜ਼ਰੂਰ ਕੀਤਾ ਹੈ ਉਹਨਾਂ ਨੇ। ਨਾਲ ਮੇਰੇ ਮਨਿੰਦਰ ਸਿੰਘ ਜੀ ਵੀ ਨੇ, ਇਹ ਬਜ਼ੁਰਗ ਸਾਹਿਬਾਨ ਨੇ, ਇਹ ਯੰਗ ਜਨਰੇਸ਼ਨ ਨੇ ਅੱਜ ਦੀ, ਆਓ ਇਹਨਾਂ ਕੋਲ ਵੀ ਪੁੱਛੀਏ ਕਿ ਇਹਨਾਂ ਦਾ ਕੀ ਕਹਿਣਾ। ਤੁਸੀਂ ਇਸ ਸ਼ਹਿਰ ਰਹਿੰਦੇ ਹੈਗੇ ਹੋ, ਤੁਸੀਂ ਦੱਸੋ ਕਿ ਤੁਹਾਨੂੰ ਇਸ ਸਥਾਨ ਦੇ ਬਾਰੇ ਕੀ ਲੱਗਦਾ, ਕਿ ਤੁਹਾਨੂੰ ਲੱਗਦਾ ਗੁਰੂ ਨਾਨਕ ਦੇਵ ਜੀ ਇੱਥੇ ਆਏ ਹੋ ਸਕਦੇ ਨੇ ਜਾਂ ਕਦੀ ਆਏ ਸੀਗੇ, ਇਸ ਬਾਰੇ ਤੁਹਾਡਾ ਕੀ ਕਹਿਣਾ? ਇਸ ਬਾਰੇ ਸਾਡਾ ਇਹੀ ਕਹਿਣਾ ਹੈ ਕਿ ਕੁਛ ਤਾਂ ਹੈ, ਗੁਰੂ ਨਾਨਕ ਦੇਵ ਮਹਾਰਾਜ ਇਸ ਪਾਸੇ ਆਏ ਸਨ, ਇਹ ਤਾਂ ਪੱਕਾ ਹੈ ਕਿ ਜੇ ਸਾਨੂੰ ਇੱਥੇ ਬਹੁਤ ਚੀਜ਼ਾਂ ਨੂੰ ਖਿੱਚ ਲਿਆਉਂਦੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪਾਸੇ ਕਿਸੇ ਨਾ ਕਿਸੇ ਜਗ੍ਹਾ 'ਚ ਹੈ। ਔਰ ਸਾਨੂੰ ਇਹ ਯਕੀਨ ਆ ਕਿ ਆਉਣ ਵਾਲਾ ਕੁਛ ਸਮਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਸਾਨੂੰ ਕੁਛ ਨਾ ਕੁਛ ਜ਼ਰੂਰ ਦੱਸਣਗੇ, ਜਿਸ ਕਰਕੇ ਆਪਾਂ ਇਸ ਜਗ੍ਹਾ 'ਚ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਕੋਈ ਸਥਾਨ ਵੀ ਬਣਾਈਏ, ਜਾਂ ਮਤਲਬ ਕਿ ਜੋ ਸਬੂਤ ਸਾਨੂੰ ਨਹੀਂ ਮਿਲ ਰਹੇ ਉਹ ਵੀ ਉਹਨਾਂ ਦੇ ਕਿਰਪਾ ਦੇ ਨਾਲ ਸਾਨੂੰ ਮਿਲਣ ਦੇ ਆਸਾਰ ਨਜ਼ਰ ਆਉਣ ਦੇ ਰਹੇ।
ਬੜੀ ਚੰਗੀ ਸੋਹਣੀ ਗੱਲ ਕੀਤੀ ਇਹਨਾਂ ਨੇ ਅਤੇ ਅਸੀਂ ਵੀ ਇਹ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਾਂਗੇ ਅਰਦਾਸ ਕਰਾਂਗੇ ਕਿ ਉਹ ਆਪਣੇ ਤੱਥ ਆਪ ਉਜਾਗਰ ਕਰਨ ਅਤੇ ਸੰਗਤਾਂ ਨੂੰ ਦੱਸਣ ਕਿ ਉਹਨਾਂ ਦਾ ਉਹ ਸਥਾਨ ਕਿਹੜਾ ਹੈ ਜਿੱਥੇ ਕਦੀ ਉਹ ਬਿਰਾਜੇ ਸੀਗੇ ਛੱਡੀ ਨਾ ਕਦ ਮੇਰੀ ਬਾਬਾ ਨਾਨਕਾ ਛੱਡੀ ਨਾ ਨਾਜ਼ਰਾ ਸਥਿਤ ਇਹ ਮੰਦਿਰ ਦੇ ਵਿੱਚ ਪੁਰਾਣੀ ਧਰਮਸਾਲ ਤਾਂ ਸਾਨੂੰ ਦੇਖਣ ਨੂੰ ਨਹੀਂ ਮਿਲੀ ਲੇਕਿਨ ਅਸੀਂ ਅਲੂਨੀਆ ਬਾਬਾ ਦੀ ਸਮਾਧ ਜ਼ਰੂਰ ਵੇਖੀ ਹੈਗੀ ਅਤੇ ਇਹ ਉਹ ਸਮਾਧ ਹੈ ਅਲੂਨੀਆ ਬਾਬਾ ਦੀ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ ਸ਼ਿਸ਼ ਸੀਗੇ ਮੇਰੇ ਪਿੱਛੇ ਜਿਹੜਾ ਤੁਸੀਂ ਹੁਣੇ ਮੰਦਿਰ ਦੇ ਦਰਸ਼ਨ ਕੀਤੇ ਨੇ ਸ਼ਿਵ ਜੀ ਦਾ ਮੰਦਿਰ ਇਹਦੇ ਬਾਰੇ 'ਚ ਆਖਣਾ ਹੈ ਕਿ ਇਹ ਤਕਰੀਬਨ 500 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ ਸੋ ਇਹ ਚੀਜ਼ਾਂ ਇੱਥੇ ਐਸਟੈਬਲਿਸ਼ ਕਰਦੀਆਂ ਨੇ ਕਿ ਇਹ ਪੁਰਾਤਨ ਸਥਾਨ ਹੈ ਮੰਦਿਰ ਵੀ ਹੈ ਅਤੇ ਇਹ ਸਮਾਧ ਵੀ ਹੈ ਜਿਹੜੀ ਲੂਨੀਆ ਬਾਬਾ ਦੀ ਹੈ ਜਿਹੜੀ ਚੀਜ਼ ਮਿਸਿੰਗ ਹੈ ਉਹ ਹੈਗਾ ਉਹ ਲਿੰਕ ਜਿਹੜਾ ਕਿ ਇੱਥੇ ਧਰਮਸਾਲ ਹੋਇਆ ਕਰਦੀ ਸੀ ਜਿਹੜੀ ਕਿ ਲੂਨੀਆ ਬਾਬਾ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸ਼ਿਸ਼ ਸੀਗੇ ਉਹਨਾਂ ਨੇ ਬਣਾਈ ਸੀ ਉਹ ਸਾਨੂੰ ਦੇਖਣ ਨੂੰ ਨਹੀਂ ਲੱਭੀ ਨਦੀ ਦਾ ਕੰਡਾ ਵੀ ਹੈ ਤੁਸੀਂ ਦੇਖ ਸਕਦੇ ਹੋ ਰਾਈਟ ਸਾਈਡ ਨੂੰ ਇੱਥੇ ਉਹ ਦਰਿਆ ਵਹਿ ਰਿਹਾ ਹੈ ਅਤੇ ਸਾਰੀ ਉਹ ਚੀਜ਼ਾਂ ਸਾਰੇ ਉਹ ਤੱਥ ਜਿਹੜੇ ਪ੍ਰਮਾਣਿਤ ਕਰ ਸਕਦੇ ਨੇ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ ਲੇਕਿਨ ਪਰੋਕਸ਼ ਰੂਪ ਦਾ ਕੋਈ ਪ੍ਰਮਾਣ ਨਾ ਹੋਣ ਦੇ ਕਾਰਨ ਅਸੀਂ ਇਹਨੂੰ ਕਨਫਰਮ ਤੌਰ 'ਤੇ ਨਹੀਂ ਕਹਿ ਸਕਦੇ ਲੇਕਿਨ ਮਨ ਅੰਦਰੋਂ ਇਹ ਕਹਿੰਦਾ ਹੈ ਕਿ ਇਤਿਹਾਸਕਾਰਾਂ ਨੇ ਅਗਰ ਕੋਈ ਚੀਜ਼ ਲਿਖੀ ਹੈ ਜਾਂ ਇਤਿਹਾਸ ਵਿੱਚ ਇਹ ਦਰਜ ਹੈ ਕਿ ਗੁਰੂ ਨਾਨਕ ਦੇਵ ਜੀ ਨਾਜ਼ਰਾ ਆਏ ਸੀ ਅਤੇ ਇਹ ਉਨ ਸਥਾਨਾਂ ਵਿੱਚੋਂ ਹੋ ਸਕਦਾ ਹੈ ਆਓ ਹੁਣ ਤੁਹਾਨੂੰ ਅਸੀਂ ਲੈ ਕੇ ਚੱਲੇ ਹਾਂ ਆਸਾਮ ਦੀ ਪੁਰਾਣੀ ਰਾਜਧਾਨੀ ਅਤੇ ਇੱਥੇ ਦੇ ਅਹੋਮ ਰਾਜਾ ਦਾ ਮਹਿਲ ਜਿੱਥੇ ਸ਼੍ਰੀਮਾਨ ਸ਼ੰਕਰ ਦੇਵ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਵਾਰਤਾ ਵਿਲਾਪ ਹੋਈ ਸੀ ਅਹੋਮ ਰਾਜਾ ਨਾਲ ਲੈ ਨਾਲ ਪਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ ਲੈ ਨਾਲ ਅਸੀਂ ਜਿਸ ਜਗ੍ਹਾ ਤੇ ਇਸ ਵਕਤ ਖਲੋਤੇ ਹੈਗੇ ਆ ਉਹਦਾ ਨਾਂ ਹੈ ਗਰਗਾਓ ਗਰਗਾਓ ਆਸਾਮ ਦੀ ਪੁਰਾਤਨ ਰਾਜਧਾਨੀ ਕਿਹਾ ਜਾਂਦਾ ਹੈਗਾ ਇਹਨੂੰ ਅਤੇ ਇਸ ਸਥਾਨ 'ਤੇ ਜਿਹੜਾ ਪਿੱਛੇ ਤੁਸੀਂ ਮੇਰਾ ਇਹ ਕਿਲ੍ਹਾ ਦੇਖ ਰਹੇ ਹੈਗੇ ਹੋ ਇਹ ਮਹਿਲ ਸੀਗਾ ਰਾਜੇ ਦਾ ਜਿਹੜਾ ਕਿ 1540 'ਚ ਬਣਾਇਆ ਗਿਆ ਸੀਗਾ ਜੇ ਅਸੀਂ ਗੱਲ ਕਰੀਏ ਅਹੋਮ ਡਾਇਨੈਸਟੀ ਦੀ ਤਾਂ ਉਹਦੀ ਸ਼ੁਰੂਆਤ ਹੋਈ ਸੀ 1228 ਵਿੱਚ ਅਤੇ 1826 ਵਿੱਚ ਜਿਸ ਵਕਤ ਅੰਗਰੇਜ਼ ਇੱਥੇ ਆਏ ਈਸਟ ਇੰਡੀਆ ਕੰਪਨੀ ਆਈ ਅਤੇ ਬਰਮਾ ਨੇ ਇਨਵੇਟ ਕੀਤਾ ਆਸਾਮ ਦੇ ਉੱਤੇ ਉਸ ਵਕਤ ਇਸ ਡਾਇਨੈਸਟੀ ਦਾ ਖਾਤਮਾ ਹੋਇਆ ਖਾਸ ਚੀਜ਼ ਇਹ ਹੈ ਇਸ ਸਥਾਨ ਦੇ ਉੱਤੇ ਕਿ ਇਹ ਉਹ ਸਥਾਨ ਹੈ ਇਹ ਉਹ ਗਰਗਾਓਂ ਉਹ ਰਾਜਧਾਨੀ ਹੈ ਜਿੱਥੇ ਸ਼੍ਰੀਮੰਤ ਸ਼ੰਕਰ ਦੇਵ ਅਤੇ ਗੁਰੂ ਨਾਨਕ ਦੇਵ ਜੀ ਇੱਥੇ ਆਏ ਅਤੇ ਅਹੋਮ ਰਾਜਾ ਜਿਹੜਾ ਉਸ ਵਕਤ ਦਾ ਸੀਗਾ ਉਹਦੇ ਨਾਲ ਬਚਨ ਬਿਲਾਸ ਹੋਇਆ ਇਸ ਕਰਕੇ ਇਹਦੀ ਇੰਪੋਰਟੈਂਸ ਹੋਰ ਵੱਧ ਜਾਂਦੀ ਹੈ ਆਓ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ ਇਹ ਸਥਾਨ ਕਿਸ ਤਰੀਕੇ ਦਾ ਹੈ ਅਤੇ ਇਹਦਾ ਹੋਰ ਇਤਿਹਾਸ ਕੀ ਹੈ ਗਰਗਾਓਂ ਦੇ ਵਿੱਚ ਸਥਿਤ ਇਹ ਪੁਰਾਣਾ ਕਿਲ੍ਹਾ ਜਿਹੜਾ ਅਹੋਮ ਰਾਜਾ ਦੀ ਰਾਜਧਾਨੀ ਦੇ ਵਿੱਚ ਉਹਨਾਂ ਦਾ ਮਹਿਲ ਹੋਇਆ ਕਰਦਾ ਸੀਗਾ ਇਹ ਸ਼ਿਵ ਸਾਗਰ ਤੋਂ ਤਕਰੀਬਨ 15 ਕਿਲੋਮੀਟਰ ਦੂਰ ਹੈ ਅਤੇ ਅਹੋਮ ਦੇ ਰਾਜ ਦੇ ਜਿੰਨੇ ਵੀ ਪੁਰਾਣੇ ਖੰਡਰ ਸੀਗੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਹੈ ਇਸ ਇਮਾਰਤ ਦੀ ਖਾਸ ਗੱਲ ਇਹ ਹੈਗੀ ਕਿ ਇਸ ਇਮਾਰਤ ਨੂੰ ਪੱਥਰ ਬੋਰਾ ਚਾਵਲ ਅਤੇ ਬਤਖ ਦੇ ਅੰਡੇ ਜੈਸੀ ਚੀਜ਼ਾਂ ਨਾਲ ਮਿਲਾ ਕੇ ਬਣਾਇਆ ਗਿਆ ਹੈਗਾ ਇਹਦੇ ਅੰਦਰ ਸੀਮੈਂਟ ਜਾਂ ਸਰੀਆ ਨਾਂ ਦੀ ਕੋਈ ਵੀ ਚੀਜ਼ ਇਸਤੇਮਾਲ ਨਹੀਂ ਕੀਤੀ ਗਈ 1751 ਵਿੱਚ ਅਹੋਮ ਰਾਜਾ ਨੇ ਇਹਦੇ ਚਾਰੋਂ ਤਰਫ 5 ਕਿਲੋਮੀਟਰ ਦੀ ਇੱਕ ਲੰਬੀ ਦੀਵਾਰ ਵੀ ਬਣਵਾਈ ਸੀ ਜਿਹੜੀ ਕਿ ਇਸ ਵਕਤ ਦੇਖਣ ਨੂੰ ਨਹੀਂ ਮਿਲਦੀ ਪੁਰਾਣੇ ਕਿਲ੍ਹੇ ਨੂੰ ਕਈ ਵਾਰ ਤੋੜਿਆ ਗਿਆ ਕਈ ਵਾਰ ਬਣਾਇਆ ਗਿਆ ਸੰਨ 1752 ਤੋਂ ਲੈ ਕੇ 1769 ਦੇ ਵਿੱਚ ਇਹਦਾ ਸਟਰਕਚਰ ਖੜ੍ਹਾ ਕੀਤਾ ਗਿਆ ਇਹ ਜਿਹੜੀ ਇਮਾਰਤ ਤੁਸੀਂ ਵੇਖ ਰਹੇ ਹੈਗੇ ਹੋ ਇਹ 7 ਮੰਜ਼ਿਲਾ ਉੱਚੀ ਹੈਗੀ ਜਿਹਦੀ 4 ਮੰਜ਼ਿਲ ਤੁਹਾਨੂੰ ਇਸ ਵਕਤ ਨਜ਼ਰ ਆ ਰਹੀਆਂ ਨੇ ਉੱਤੇ ਅਤੇ 3 ਮੰਜ਼ਿਲ ਇਹ ਜ਼ਮੀਨ ਦੇ ਥੱਲੇ ਨੇ ਇਹਦੇ ਥੱਲੇ ਇੱਕ ਸੁਰੰਗ ਵੀ ਬਣੀ ਹੋਈ ਹੈਗੀ ਜਿਹੜੀ ਕਿ 15 ਕਿਲੋਮੀਟਰ ਲੰਬੀ ਹੈ ਸੁੱਖ ਮਿਲਣਾ ਨਾ ਜੱਪਿਆਂ ਦੁੱਖਾਂ ਦਾ ਨਾਸ਼ ਹੋ ਮਨੁੱਖਤਾ ਇੱਕੋ ਇੱਕ ਧਰਮ ਸਾਡਾ ਵੰਡ ਛੱਕਿਆਂ ਹਰ ਕੋਈ ਪਾਸ ਹੋ ਮਚੂਕਾ ਦਾ ਰਸਤਾ ਕਾਫੀ ਲੰਬਾ ਸੀ ਇਸ ਕਰਕੇ ਅਸੀਂ ਸ਼ਿਵ ਸਾਗਰ ਤੋਂ ਆ ਪੁੱਜੇ ਇਸ ਵਕਤ ਪਾਸੀਘਾਟ ਪਾਸੀਘਾਟ ਤੋਂ ਮਚੂਕਾ ਤਕਰੀਬਨ 7-8 ਘੰਟੇ ਦਾ ਰਸਤਾ ਹੈ ਇੱਥੇ ਗੁਰਦੁਆਰਾ ਸਾਹਿਬ ਵੀ ਜਾ ਕੇ ਰਹਿਰਾਜ ਸਾਹਿਬ ਦਾ ਪਾਠ ਹੋਇਆ ਅਰਦਾਸ ਹੋਈ ਅਤੇ ਸਾਨੂੰ ਸਰੋਪਾ ਵੀ ਦਿੱਤਾ ਗਿਆ ਅਸੀਂ ਆਪ ਸਭ ਦੇ ਬਹੁਤ ਸ਼ੁਕਰਗੁਜ਼ਾਰ ਹੈਗੇ ਹਾਂ ਅਤਿ ਧੰਨਵਾਦੀ ਹੈਗੇ ਹਾਂ ਤੁਸੀਂ ਇੰਨਾ ਮਾਣ ਪਿਆਰ ਸਤਿਕਾਰ ਸਾਨੂੰ ਦਿੱਤਾ ਕੱਲ੍ਹ ਸਵੇਰੇ ਅਸੀਂ ਤੜਕੇ 4 ਵਜੇ ਕੋਸ਼ਿਸ਼ ਕਰਾਂਗੇ ਇੱਥੋਂ ਨਿਕਲਣ ਅਸੀਂ ਮਚੂਕਾ ਅਤੇ ਪਹੁੰਚ ਕੇ ਉੱਥੇ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤਦ ਤੱਕ ਤੁਸੀਂ ਵੇਖਦੇ ਰਹੋ ਦ ਟਰਬਨ ਟਰੈਵਲ ਐਂਡ ਸਪਿਰਚੁਅਲ ਜਰਨੀ ਔਨ PTC ਨੈਟਵਰਕ ਛੱਡੀ ਨਾ ਕਦੇ
मेरी बां बाबा नानका बख्श देवी मेरे बख्श देवी मेरे बख्श देवी मेरे तू गुना बाबा नानका छड़ी ना कद मेरी बां बाबा नानका